ਤੇ ਪੰਜਾਬ ਵਿੱਚ ਸ਼ਾਂਤੀ ਬਹਾਲੀ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਾਂਤੀ ਦੇ ਮਸੀਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅੱਜ ਬਰਸੀ ਹੈ। ਸੰਤ ਜੀ ਦਾ ਜਨਮ 2 ਜਨਵਰੀ 1932 ਨੂੰ ਸੰਗਰੂਰ ਦੇ ਪਿੰਡ ਗਿੱਦੜਿਆਣੀ ਵਿਖੇ ਪਿਤਾ ਮੁਨਸ਼ਾ ਸਿੰਘ ਅਤੇ ਮਾਤਾ ਮਾਨ ਕੌਰ ਦੇ ਘਰ ਹੋਇਆ ਸੀ। ਪੇਸ਼ ਹੈ ਉਹਨਾਂ ਦੇ ਜੀਵਨ ਸਫ਼ਰ ਤੇ ਹੀ ਇੱਕ ਖਾਸ ਰਿਪੋਰਟ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਾਂਤੀ ਦਾ ਮਸੀਹਾ ਕਿਹਾ ਜਾਂਦਾ ਹੈ। ਬਚਪਨ ਤੋਂ ਹੀ ਧਾਰਮਿਕ ਸਿੱਖਿਆ ਹਾਸਲ ਕਰਨ ਵਾਲੇ ਸੰਤ ਲੌਂਗੋਵਾਲ ਆਪਣੀ ਜਵਾਨੀ ਵੇਲੇ ਪਿੰਡ ਛੱਡ ਕੇ ਲੌਂਗੋਵਾਲ ਆ ਗਏ ਤੇ ਗੁਰਦੁਆਰਾ ਸ਼ਹੀਦ ਭਾਈ ਮੰਨੀ ਸਿੰਘ ਜੀ ਦੇ ਅਸਥਾਨ ਤੇ ਸੇਵਾ ਵਿੱਚ ਜੁੜ ਗਏ। ਇਸ ਤਰ੍ਹਾਂ ਪਿੰਡ ਲੌਂਗੋਵਾਲ ਦਾ ਨਾਂ ਇਹਨਾਂ ਦੇ ਨਾਲ ਪੱਕੇ ਤੌਰ ਤੇ ਜੁੜ ਗਿਆ। ਸੰਤ ਜੀ ਨੇ ਮਾਲਵੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਵਾਇਆ। ਪੰਥ ਦੀ ਨਿਸਵਾਰਥ ਸੇਵਾ ਨੂੰ ਤਰਜੀਹ ਦਿੰਦਿਆਂ ਉਹਨਾਂ 1960 ਵਿੱਚ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਮਿਲੀ ਪਾਰਟੀ ਟਿਕਟ ਠੁਕਰਾ ਦਿੱਤੀ। 1963 ਵਿੱਚ ਉਹਨਾਂ ਨੂੰ ਸਿੱਖਾਂ ਦੇ 5ਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ। 1979 ਵਿੱਚ ਸੰਤ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਉਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਲਈ ਲੜਾਈਆਂ ਲੜਦਿਆਂ ਅਨੇਕਾਂ ਵਾਰ ਜੇਲ੍ਹ ਵੀ ਜਾਣਾ ਪਿਆ। ਅਕਾਲੀ ਦਲ ਦੇ ਸੀਨੀਅਰ ਆਗੂ ਸੰਤ ਜੀ ਨੂੰ ਸਿਆਸਤ ਤੇ ਰੂਹਾਨੀਅਤ ਦਾ ਪੁੰਜ ਮੰਨਦੇ ਨੇ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਹੈ ਜੋ ਉਹ ਏਕਤਾ ਔਰ ਅਖੰਡਤਾ ਲਈ, ਦੇਸ਼ ਦੀ ਏਕਤਾ ਔਰ ਅਖੰਡਤਾ ਲਈ, ਉਹ ਕੋਈ ਇਕੱਲੇ ਪੰਜਾਬ ਲਈ ਨਹੀਂ। ਇਸ ਕਰਕੇ ਮੈਂ ਸਮਝਦਾ ਉਹਨੂੰ ਤਾਂ ਬਹੁਤ ਨੈਸ਼ਨਲ ਲੈਵਲ 'ਤੇ ਸਾਰਿਆਂ ਨੂੰ ਮਨਾਉਣਾ ਚਾਹੀਦਾ। ਲੇਕਿਨ ਕਿਉਂਕਿ ਸਾਡੇ ਪ੍ਰੈਜੀਡੈਂਟ ਸੀ ਸ਼੍ਰੋਮਣੀ ਅਕਾਲੀ ਦਲ ਦੇ ਔਰ ਇੱਥੋਂ ਦੇ ਹੈਗੇ ਆਪਣੇ ਲੌਂਗੋਵਾਲ ਦੇ, ਅਤੇ ਸਾਡੀ ਹਰ ਸਾਲ ਉਹਨਾਂ ਦੀ ਬਰਸੀ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਲੌਂਗੋਵਾਲ ਵਿਖੇ ਉਹਨਾਂ ਦੀ 20 ਅਗਸਤ ਨੂੰ ਮਨਾਈ ਜਾ ਰਹੀ ਬਰਸੀ 'ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਹੀ ਆਉਂਦੇ ਹਨ। ਇਸ ਵਾਰ ਵੀ 20 ਅਗਸਤ ਦੀ ਜਿਹੜੀ ਬਰਸੀ ਹੈ ਇਸ ਦੇ ਇਤਿਹਾਸਿਕ ਅਤੇ ਦੂਰ ਰਸਤੇ ਨਿਕਲਣਗੇ। 1955 ਵਿੱਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿੱਚ ਸੰਤ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਰੱਖਿਆ ਗਿਆ। 1969 ਵਿੱਚ ਉਹਨਾਂ ਲਹਿਰਾ ਗਾਗਾ ਤੋਂ ਅਸੈਂਬਲੀ ਚੋਣ ਲੜ ਕੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ਪਾਨ ਨੂੰ ਹਰਾਇਆ। 20 ਅਗਸਤ 1980 ਨੂੰ ਸੰਤ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ। 1982 ਵਿੱਚ ਉਹਨਾਂ ਪੰਜਾਬ ਦੇ ਪੰਥ ਦੇ ਧਰਮ ਯੁੱਧ ਮੋਰਚਾ ਲਗਾਇਆ, ਜਦੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਗਰਮ ਖਿਆਲੇ ਨੂੰ ਕੱਢਣ ਬਹਾਨੇ ਕੇਂਦਰ ਦੀ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਤੇ ਹਮਲਾ ਬੋਲ ਦਿੱਤਾ ਤਾਂ 6 ਜੂਨ 1984 ਨੂੰ ਉਹਨਾਂ ਨੂੰ ਦਰਬਾਰ ਸਾਹਿਬ ਚੋਂ ਗ੍ਰਿਫਤਾਰ ਕਰਕੇ ਉਦੈਪੁਰ ਜੇਲ੍ਹ ਭੇਜ ਦਿੱਤਾ ਗਿਆ। ਸੰਤ ਜੀ ਪੰਜਾਬ ਨੂੰ ਬਾਰੂਦ ਦੀ ਅੱਗ ਵਿੱਚੋਂ ਕੱਢ ਕੇ ਮੁੜ ਹਸਤਾ ਵਸਤਾ ਵੇਖਣਾ ਚਾਹੁੰਦੇ ਸਨ। ਉਹਨਾਂ ਦੇ ਪੈਰੋਕਾਰ ਅੱਜ ਵੀ ਉਹਨਾਂ ਨੂੰ ਮਹਾਨ ਸ਼ਖਸੀਅਤ ਮੰਨਦੇ ਨੇ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਜਿਹੜੀ ਕੁਰਬਾਨੀ ਹੈ ਉਹ ਇੱਕ ਲਸਾਨੀ ਕੁਰਬਾਨੀ ਹੈ ਦੁਨੀਆ ਦੇ ਇਤਿਹਾਸ 'ਚ। ਮੈਂ ਸਮਝਦਾ ਕਿ ਸਮੁੱਚੀ ਮਨੁੱਖਤਾ ਲਈ, ਦੇਸ਼ ਸ਼ਾਂਤੀ ਅਤੇ ਅਮਨ ਸ਼ਾਂਤੀ ਲਈ ਉਹਨਾਂ ਨੇ ਜਿਹੜੀ ਕੁਰਬਾਨੀ ਦਿੱਤੀ ਹੈ ਕਿਸੇ ਦੇ ਉਹਨਾਂ ਦਾ ਮੁਕਾਬਲਾ ਨਹੀਂ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਪੰਥ ਦੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਸਿਰਫ ਅਤੇ ਸਿਰਫ ਇਹ ਸੋਚਿਆ ਕਿ ਪੰਜਾਬ, ਪੰਜਾਬੀ, ਪੰਜਾਬੀ ਤਰੱਕੀ ਕਿਵੇਂ ਹੋ ਸਕਦੀ ਹੈ, ਪੂਰੇ ਦੇਸ਼ ਕਿਵੇਂ ਸ਼ਾਂਤੀ ਰਹਿ ਸਕਦੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਜੀਵਨ ਸੀ ਬਹੁਤ ਪੱਖੀ ਜੀਵਨ ਸੀ ਹਰ ਪੱਖ ਤੋਂ। ਉਹ ਧਾਰਮਿਕ ਤੌਰ 'ਤੇ ਬਹੁਤ ਵੱਡੇ ਆਗੂ ਰਹੇ ਨੇ, ਜਿੱਥੇ ਉਹਨਾਂ ਨੇ ਧਾਰਮਿਕ ਤੌਰ 'ਤੇ ਗੁਰੂ ਘਰਾਂ ਦੀ ਸੇਵਾ ਕੀਤੀ। ਉੱਥੇ 5ਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਦੇ ਤੌਰ 'ਤੇ ਉਹਨਾਂ ਨੂੰ ਸਥਾਪਿਤ ਕਰਨ ਦਾ, ਜਿਹੜਾ ਸੇਵਾ ਕਰਨ ਦਾ ਮੌਕਾ ਉਹਨਾਂ ਨੂੰ ਮਿਲਿਆ। 24 ਜੁਲਾਈ 1985 ਨੂੰ ਪੰਜਾਬ ਸਮਝੌਤੇ ਵਰਗਾ ਕਦਮ ਚੁੱਕਣਾ ਪਿਆ, ਜਿਸ ਦੇ ਅਮਲ ਦੀ ਕੀਮਤ ਸੰਤ ਜੀ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਸੰਤ ਜੀ ਦੀ 3ਵੀਂ ਬਰਸੀ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਈ ਜਾ ਰਹੀ ਹੈ। ਨਿਊਜ਼ ਡੈਸਕ ਤੋਂ ਰਾਹੁਲ ਕੌਸ਼ਿਕ ਦੇ ਨਾਲ ਆਰ ਐਨ ਕਾਂਸਲ, ਪੀ ਟੀ ਸੀ ਨਿਊਜ਼, ਸੰਗਰੂਰ।